ਅੱਲਾਹ ਤਾਲਾ ਨੇ ਅੱਗੇ ਅੱਲਾਹ ਜਿਸ ਹਾਲ ਵਿੱਚ ਰੱਖਿਆ ਪਰ ਰਾਜ਼ੀ ਹੋਣਾ ਚਾਹੀਦਾ। ਮਾੜੀਓ ਭੈਣੋ ਅਤੇ ਮਾੜੀਓ ਭਣੇਈ, ਅਸਲਾਮ ਵਾਲੇਕੁਮ ਮਾੜੀਓ ਭੈਣੋ ਅਤੇ ਮਾੜੀਓ ਭਣੇਈਓ ਅਤੇ ਮਾੜੇ ਪਿਆਰੇ ਪਿਆਰੇ ਭਣੇਓ, ਅੱਲਾਹ ਤੁਸਾਂ ਕੀ ਆਪਣੀ ਸਮਾਨ ਵਿੱਚ ਰੱਖਿਆ, ਅੱਲਾਹ ਤਾਲਾ ਤੁਸਾਂ ਕੀ ਆਬਾਦ ਅਤੇ ਸ਼ਾਦ ਰੱਖਿਆ, ਅੱਲਾਹ ਤਾਲਾ ਢੇਰ ਸਾਰੀਆਂ ਖੁਸ਼ੀਆਂ ਦੇਵੇ ਅਤੇ ਅੱਲਾਹ ਤਾਲਾ ਹਰ ਮੋਮਨ ਹਰ ਮੁਸਲਮਾਨ ਕੀ ਜਿੱਥੇ ਜਿੱਥੇ ਥੇ ਨੇ ਮਾੜੇ ਪਾਕਿਸਤਾਨ ਵਾਲੇ ਚਾਹੇ ਮਾੜੇ ਅਮਰੀਕਾ ਵਾਲੇ ਚਾਹੇ ਜਿਸ ਜਿਸ ਮੁਲਕਾਂ ਵਿੱਚ ਰਹਿਣ ਵਾਲੇ ਸਾਰਿਆਂ ਕੀ ਅੱਲਾਹ ਤਾਲਾ ਆਪਣੀ ਸਮਾਨ ਵਿੱਚ ਰੱਖਿਆ, ਅੱਲਾਹ ਹਰ ਪਰੇਸ਼ਾਨੀ ਤੋਂ ਮਹਿਫੂਜ਼ ਰੱਖਿਆ ਅਤੇ ਕੋਈ ਪਰੇਸ਼ਾਨੀ ਨਾ ਤੁਸਾਂ ਨੇ ਨਜ਼ਦੀਕ ਅੱਛੇ ਅਤੇ ਯਕੀਨ ਕਰੋ ਕਿਆ ਇਨਸਾਨ ਹੈ ਹੈਂ ਤਾਂ ਕੋ ਕਿਸੇ ਨਾਲ ਬਾਰਿਸ਼ ਨਾ ਹੋਵੇ ਤਾਂ ਫਿਰ ਵੀ ਆਖਣੇ ਆ ਬਾਰਿਸ਼ ਕੋ ਨਹੀਂ ਹੋਣੀ ਬਾਰਿਸ਼ ਕੋ ਨਹੀਂ ਹੋਣੀ ਜਾਂ ਹੋ ਹੀ ਜਾਏ ਅਤੇ ਜਿਹੜਾ ਜਿਨ੍ਹਾਂ ਨੇ ਕਾਰੋਬਾਰ ਹੋਣੇ ਨੇ ਜਿਨ੍ਹਾਂ ਨਾਲ ਕੋਈ ਕੰਮ ਹੋਣਾ ਉਹ ਦਰਮ ਬਰਮ ਰਹੀ ਜਾਣਾ, ਕੋਈ ਬੈਠੇ ਹੋਏ ਨੇ ਅੰਦਰਾਂ ਵਿੱਚ ਕੋਈ ਆਖਣੇ ਨੇ ਅੱਜ ਕੰਮ ਕੋ ਨਹੀਂ ਕੀਤਾ ਤਾਂ ਇਤਨਾ ਆਵਾਜ਼ਾਰ ਹੋਏ ਆ ਅੰਦਰ ਬਹੀ ਬਹੀ ਕੇ ਅਤੇ ਨਾ ਕੋਈ ਨੈਟਵਰਕ ਚੱਲਣੇ ਨਾ ਕੋਈ ਫੋਨ ਚੱਲਣੇ ਨਾ ਕੋਈ ਈਵੋ ਸ਼ੀਵੋ ਚੱਲਣੀ, ਇਹ ਬੰਦਾ ਬੋਰ ਹੋਈ ਕੇ ਤਾਂ ਬਹੀ ਜਾਣਾ ਇਤਨਾ ਖਫਕੀ ਕੇ ਤੰਗੀ ਅੱਛਣੀ, ਚਲੋ ਨਹੀਂ ਕੁਝ ਹੋਣਾ ਅਤੇ ਚਲੋ ਬੰਦਾ ਆਪਣਾ ਬਾਹਰ ਨਿਕਲਣਾ ਕੰਮ ਕਰਨਾ, ਕਿਸੇ ਨੇ ਘਰ ਜਾਣਾ ਅੱਗੇ ਪਿੱਛੇ ਫਿਰਨਾ, ਤੁਸਾਂ ਕੀ ਪਤਾ ਰਾਤਾਂ ਨਹੀਂ ਬਾਰਿਸ਼ ਸ਼ੁਰੂ ਹੈ ਅਤੇ ਅੱਜ ਪੂਰੀ ਦਿਹਾੜ ਮਾਸ਼ਾਅੱਲਾ ਹੁਣ ਬਾਰਾਂ ਹੀ ਕੋਣੇ ਵਾਲੇ ਨੇ, ਇਹ ਕੋਈ ਜ਼ਰਾ ਹੀ ਕਿ ਥਿੰਮੀ ਮਿੰਮੀ ਕਿਸੇ ਹੋਰ ਇਲਾਕਿਆਂ 'ਚ ਕੋਈ ਖਲਤੀ ਹੋ ਸੀ ਜਾਂ ਨਾ ਖਲਤੀ ਹੋ ਸੀ ਪਰ ਮਾੜੇ ਘਰ ਅਜੇ ਖਲਤੀ ਵੀ ਹੈ, ਅਤੇ ਮੈਂ ਕਿਹਾ ਚਲੋ ਬਾਹਰ ਨਿਕਲਾਂ ਆਪਣੀਆਂ ਭੈਣਾਂ ਨਾਲ ਆਪਣੀਆਂ ਭਣੇਈਆਂ ਨਾਲ ਗੱਪ ਲਾਂ ਅਤੇ ਨਾਲ ਉਹਨਾਂ ਨਾਲ ਹਰ ਗੱਲ ਵੀ ਸ਼ੇਅਰ ਕਰਾਂ ਜੇ ਕਿਹੋ ਜਿਹੀ ਤੁਸਾਂ ਨੇ ਦਿਹਾੜ ਗਈ ਕਿਹੋ ਜਿਹੇ ਤੁਸਾਂ ਨਾਲ ਦਿਹਾੜਾ ਗੁਜ਼ਰਿਆ, ਤਾਂ ਜ਼ਹਿਰ ਮੈਂ ਤਾਂ ਹੁਣ ਵਿਹਲੀ ਹਾਂ, ਮਾੜਾ ਤਾਂ ਮਾਲ ਬੱਚਾ ਤਾਂ ਆ ਕੋ ਨਹੀਂ, ਇੱਕ ਗਾਂ ਹੈ ਉਹ ਵੀ ਉਡਰੀ ਪੁਡਰੀ ਵੀ ਹੈ ਬਾਹਰ ਫਿਰੀ ਤੁਰੀ ਅੱਛਣੀ ਸ਼ਾਮੀ ਆਈ ਜਾਣੀ, ਅਤੇ ਜਿਨ੍ਹਾਂ ਨੇ ਢੇਰ ਸਾਰੇ ਮਾਲ ਹਨ ਉਹਨਾਂ ਕੀ ਵੀ ਅੱਜ ਥੋੜ੍ਹੀ ਜਿਹੀ ਪਰੇਸ਼ਾਨੀ ਹੋਈ ਸੀ, ਉਹਨਾਂ ਕੀ ਬਾਹਣੇ ਵਾਸਤੇ ਉਹਨਾਂ ਕੀ ਕਰਨੇ ਵਾਸਤੇ ਚੋਣੇ ਵਾਸਤੇ ਬੜਾ ਮੁਸ਼ਕਲ ਹੋਈ ਜਾਣਾ ਇਹੋ ਜਿਹੇ ਕੰਮਾਂ 'ਚ, ਤਾਂ ਚਲੋ ਕੋਈ ਗੱਲ ਨਹੀਂ, ਸ਼ੁਕਰ ਅਲਹਮਦੁਲਿਲਾ ਕਰਨੀ ਚਾਹੀਦੀ ਹੈ, ਅੱਲਾਹ ਤਾਲਾ ਅੱਗੇ ਫਜ਼ਲ ਅਤੇ ਕਰਮ ਕਰਨਾ ਚਾਹੀਦਾ, ਅੱਲਾਹ ਹਰ ਮੌਸਮ 'ਚ ਹਰ ਹਾਲ 'ਚ ਅੱਲਾਹ ਤਾਲਾ ਆਪਣੇ ਸਮਾਨ 'ਚ ਰੱਖੇ, ਅੱਲਾਹ ਤਾਲਾ ਢੇਰ ਸਾਰੀਆਂ ਖੁਸ਼ੀਆਂ ਦੇਵੇ। ਕਿਧਰਾ ਵੀ ਆਖਣੀ ਅੰਮੀ ਬਾਹਰਾਂ ਹੀ ਕੋਈ ਗਏ ਨੇ, ਕੋਈ ਖਾਣੇ ਪਾਣੇ ਨਾ ਵੀ ਹੋਵੇ, ਕੋਈ ਚੱਟ ਪੱਟੀਆਂ ਕੋਈ ਚੀਜ਼ਾਂ ਚੀਜ਼ਾਂ ਵੀ ਹੋਣ, ਤਾਂ ਮੈਂ ਆਖਿਆ ਚਲੋ ਤੁਸਾਂ ਨਾਲ ਹੁਕਮ ਹੋਣਾ ਚਾਹੀਦਾ, ਅੰਮੀ ਹਾਜ਼ਰ ਹਨ ਅਤੇ ਇਨਸ਼ਾਅੱਲਾ ਆਪਣੀ ਧੀ ਕੀ ਆਪਣੇ ਸਾਹਬੋਰ ਕੀ ਅੱਜ ਸਾਹਬੋਰ ਵੀ ਡੱਕੇ ਹੋਏ ਨੇ ਜਿਹੜੇ ਸਵੇਰੇ ਜਾਣੇ ਸਨ ਅਤੇ 2 ਵਜੇ 1 ਵਜੇ ਮੁੜਨੇ ਸਨ, ਅੱਜ ਉਹ ਵੀ ਅੰਦਰ ਲੰਮੇ ਪਈ ਪਈ ਬਾਸੀਆਂ ਮਾਰੀ ਮਾਰੀ ਕਦੇ ਇੱਧਰ ਜਾਣੇ ਕਦੇ ਉੱਧਰ, ਕੋਈ ਕੰਮ ਤਾਂ ਹੈ ਕੋਈ ਨਾ, ਬਾਰਿਸ਼ 'ਚ ਹੁਣ ਕੁਧਰ ਜਾਣ ਕਿਸੇ ਨੇ ਘਰ ਜਾਓ, ਅਤੇ ਲੋਕ ਆਖਣੇ ਨਾ ਇਹ ਬੜੇ ਬਹਿਣ ਵੀ ਕੋ ਨਹੀਂ ਅੱਛਣਾ, ਇਹ ਜੋ ਜਾਣ ਨਾ ਪੈਰਾਂ ਨਾਲ ਧਰਕ ਲਾਇਆ ਵਾ ਸਾਰਾ ਆਸਾਂ ਘਰ ਕਿ ਨਹੀਂ ਆਈਏ, ਅੱਜ ਤਾਂ ਬਾਰਿਸ਼ ਸੀ ਅੱਜ ਤਾਂ ਰੰਬ ਨਾਲ ਬਹਿ ਜਾਇਆ, ਕੁਦਰੂ ਵੀ ਢੋਈ ਕੋ ਨਹੀਂ ਹੁਣ ਕਿਆ ਕਰੀਏ, ਚਲੋ ਜੁਲਨੇ ਹਾਂ ਆਪਣੇ ਘਰਾਂ ਵਿੱਚ, ਆਪਣੇ ਆਪਣੇ ਕੰਮ ਕਰੋ, ਆਪਣੇ 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 ਬੱਚਿਆਂ ਕੀ ਸੋਹਣਾ ਸੋਹਣਾ ਖਾਣਾ ਬਣਾਈ ਕੇ ਦਿਓ, ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈ ਕੇ ਦਿਓ, ਆਪਣੇ ਘਰ ਬਵੋ, ਆਪਣੇ ਘਰਾਂ ਵਾਲਿਆਂ ਨਾਲ ਦੁੱਖ ਸੁੱਖ ਵੰਡੋ, ਚਲੋ ਕਿਸੇ ਟਾਈਮ ਨਹੀਂ ਟਾਈਮ ਲੱਗਣਾ ਬਾਹਰ ਨਿਕਲੀ ਜਾਣੇ ਨੇ, ਮੁੰਡੇ ਕੋ ਨਹੀਂ, ਚਲੋ ਅੱਜ ਮੌਕਾ ਲੱਭਾ, ਚਲੋ ਕੋਈ ਜਿਹੜੀ ਕੋਈ ਗੱਲ ਹੈ ਦਿਲਾਂ ਦੀ ਉਹ ਵੀ ਸ਼ੇਅਰ ਕਰੋ, ਨਾਲ ਗੱਪ ਲਾਓ, ਨਾਲ ਖਾਣੇ ਬਣਾਓ ਅਤੇ ਨਾਲ ਆਪਣੇ ਬੱਚਿਆਂ ਕੀ ਵੀ ਦਿਓ ਅਤੇ ਆਪੂ ਵੀ ਖਾਓ, ਤਾਂ ਹੁਣ ਕਰਨੇ ਆ ਦਿਹਾੜੀ ਨਹੀਂ ਤਿਆਰੀ, ਫਿਰ ਸ਼ਾਮ ਨਾ ਜਿਹੜਾ ਉਹ ਸੀ ਖਾਣਾ ਪਕਾਉਣਾ ਉਹ ਵੀ ਤੁਸਾਂ ਨਾਲ ਬਾਸਾਂ ਜਕੀਆਂ, ਅੱਜ ਖਾਣਾ ਪਕਾਉਣਾ ਜਿਹੜਾ ਸ਼ਾਮ ਨਾ ਉਹ ਸੀ ਉਹ ਵੀ ਬਸ ਥੋੜ੍ਹਾ ਜਿਹਾ ਆਈਆਂ ਚੱਟਾ ਪੱਟਾ ਵਾਲਾ ਉਹ ਸੀ ਤਾਂ ਆਸਾਨ ਆਸਾਨ ਉਹ ਸੀ ਜਿਹੜਾ ਫਟੋ ਫਟ ਤਿਆਰ ਕਰੀ ਕਿ ਨਸਾਂ ਉਹ ਆਪਣੀਆਂ ਪੜ੍ਹਾਈਆਂ ਕੀ ਬਾਅਦ ਦੱਸਾਂ, ਚਲੋ ਹਜੇ ਦਿਹਾੜੀ ਨਹੀਂ ਜਿਹੜਾ ਪੂਜਾ ਪਾਜਾ ਕਰਨੇ ਆ ਜਾਂ ਕਿਆ ਸਿਦਰਾਨਾ ਦਿਲ ਹੈ
ਕਿਹੜੀ ਚੀਜ਼ ਆਪਾਂ ਰਿਸ਼ਤਾ ਜਿਹੜੀ ਜਿਹੜੀ ਚੀਜ਼ ਆਪਾਂ ਦਿਲੋਂ ਸਸੂਆ ਤਿਆਰ ਕਰੀਏ ਕਦੇ ਸਾਰਾ। ਇਹ ਅੰਮੀ ਕਿਆ ਬੰਸੀ, ਜੋ ਕੁਝ ਤੂੰ ਖਾਸੇ ਚਾਹੇ ਚਿਪਸ ਖਾਏ, ਅੱਬੂ ਤੁਹਾਡਾ ਆਖਣਾ ਬਣਾਓ ਕਰਾਰੇ ਕਰਾਰੇ ਪਕੌੜੇ। ਹਾਂਜੀ ਮਾੜੀਓ ਭੈਣੋ ਤੇ ਮਾੜੀਓ ਭਣੇਓ, ਹੁਣ ਸਿਦਰਾ ਵਾਸਤੇ ਹੁਣ ਚਟਪਟੀਆਂ ਕੋਈ ਚੀਜ਼ਾਂ ਤਿਆਰ ਕਰਨੇ ਆ, ਜਕੀਆਂ ਹੁਣ ਰਹਿ ਹੁਣ ਕਦੇ ਬਾਰਿਸ਼ ਬਰਨੀ ਤੇ ਕਦੇ ਖਲਨੀ, ਤੇ ਇਹ ਤਾਂ ਮੌਸਮ ਜਾਣਾ ਨਹੀਂ ਹੈ, ਤਾਂ ਚਲੋ ਖਾਣਾ ਪੀਣਾ ਤਾਂ ਨਾਲ ਹੈ। ਤੁਸੀਂ ਪਤਾ ਇਹੋ ਜਿਹਾ ਮੌਸਮ ਹੋਵੇ ਤਾਂ ਭੁੱਖ ਵੀ ਜ਼ਿਆਦਾ ਲੱਗਣੀ ਹੈ, ਇਹ ਤੱਕੀ ਸਕਣੇ ਹੋ, ਇਹ ਪਾਣੀ ਵਾਲੀਆਂ ਖਾਣਾ ਪਿਆ ਵਾ ਇਸ ਵਿੱਚ ਮੈਂ ਬਸ ਹਾਂ, ਇਹ ਤੱਕੀ ਕਿਣੋ ਇਹ ਆਲੂ, ਇਹ ਆਲੂ ਮੈਂ ਜ਼ਿਆਦਾ ਨਾ ਗਾਲਨੀ ਹਾਂ, ਇੰਨਾ ਖਾਲੀ ਇਤਨੇ ਮੈਂ ਗਾਲ ਸਾਂ, ਇਹ ਥੋੜ੍ਹੇ ਥੋੜ੍ਹੇ ਕੱਚੇ ਰਹੀ ਜਾਣ, ਅਤੇ ਜਿਸ ਟਾਈਮ ਇੰਨਾ ਕਿ ਮੈਂ ਇਹ ਕਰ ਸਾਂ ਨਾ ਕੱਦੂ ਕਸ਼, ਉਸ ਵੇਲੇ ਇਹ ਵੀ ਜਿਹੜਾ ਨਾ ਥੋੜ੍ਹਾ ਜਿਹਾ ਜਾਂ ਵੀ ਇਹਨਾਂ ਦਾ ਪਾਣੀ ਜਿਹੜਾ ਨਾ ਜੇ ਦੋਹਾਂ 'ਚ ਫਿਰ ਜ਼ਿਆਦਾ ਪਾਣੀ ਹੋਈ ਜਾਣਾ ਨਾ, ਅਤੇ ਇੰਨਾ ਜੇ ਪਾਣੀ ਜਿਹੜਾ ਨਾ ਉਹ ਖੋਲ੍ਹੀ ਆਉਣਾ, ਪਾਣੀ ਥੋੜ੍ਹਾ ਜਿਹਾ ਖੁਸ਼ਕ ਹੋਈ ਜਾਣਾ, ਉਹ ਜਿਹੜਾ ਉਸ ਨਹੀਂ ਵਜਾ ਤੂੰ ਫਿਰ ਹਜੇ ਤਾਂ ਉਬਾਲਨੇ ਆ ਨਾ ਆਲੂ, ਅਤੇ ਫਿਰ ਬਾਅਦ ਜਿਹੜੀ ਰੀਕਾ ਜਿਹੜਾ ਬਣਾ ਸਾਂ ਕੱਚਿਆਂ ਆਲੂਆਂ ਨੇ ਕਬਾਬ ਬਣਾ ਸਾਂ, ਅਤੇ ਉਹ ਫਿਰ ਮੈਂ ਤੁਸਾਂ ਕੀ ਦੱਸਾਂ ਜੇ ਇਹਨਾਂ ਦਾ ਕਿਆ ਤਰੀਕਾ। ਪਰ ਇਹ ਯਾਦ ਰੱਖਣਾ ਜਦ ਉਬਾਲਨੇ ਬੂ ਗਾਲਨੇ ਨਹੀਂ ਹਨ, ਇੰਨਾ ਥੋੜ੍ਹੇ ਥੋੜ੍ਹੇ ਕੱਚੇ ਰੱਖਣੇ ਨੇ, ਇਹ ਜ਼ਰਾ ਹੀ ਠੀਕ। ਇਹ ਹੁਣ ਬਸ ਮੈਂ ਹੁਣ ਬਾਹ ਅਤੇ ਇਹ ਮੈਂ ਚੁੱਲ੍ਹਾ ਬੰਦ ਕਰੀ ਛੋੜਿਆ, ਅਤੇ ਇਹ ਹੁਣ ਥੋੜ੍ਹੇ ਜਿਹੇ ਇੰਨੀਆਂ ਗਲੀ ਜਾਸੇ, ਇਹ ਫਿਰ ਪਾਣੀ ਨਹੀਂ ਛੋੜਨ ਲੱਗਾ, ਅਤੇ ਫਿਰ ਬਣਾ ਲਿਆ ਆਲੂਆਂ ਨੇ ਕਬਾਬ, ਅਤੇ ਫਿਰ ਆਪਣੀਆਂ ਭਣੇਈਆਂ ਕੀ ਦੱਸਣੀਆਂ, ਅਤੇ ਸਿੱਧਾ ਕੀ ਬਣਾਈ ਕੇ ਖਵਾਲਣੀ ਆ, ਅਤੇ ਨਾਲ ਤੁਸਾਂ ਵੀ ਕੋਲ ਹੋ ਤਾਂ ਕਸਵੇ ਹਾਏ ਮਾੜੀ ਤੈਬਾ ਅਤੇ ਅਤੀਆ ਜਿਹੜੀ ਹੈ ਨਾ ਉਹ ਯਕੀਨ ਕਰੋ ਇੰਤਜ਼ਾਰ ਕਰਨੀ ਰਹਿਣੀ, ਆਏ ਖਾਲਾ ਕਿਹੜੇ ਵੇਲੇ ਚੀਜ਼ਾਂ ਬਣਾਏ ਅਤੇ ਅਸਾਂ ਖਾਂ, ਅਤੇ ਅੱਲਾ ਜ਼ਿੰਦਗੀ ਕਰੇ ਤੁਸਾਂ ਉਹਨਾਂ ਨੇ ਅਤੇ ਮਾੜੀ ਸਿੱਧਰਾ ਨੇ ਵੀ ਅਤੇ ਸਾਰੀਆਂ ਮਾੜੀਆਂ ਭਣਈਆਂ ਨੇ ਸਾਰੀਆਂ ਕੀ ਮੈਂ ਯਕੀਨ ਕਰੋ ਅੱਛੋ ਨਾ ਮੈਂ ਬਣਾਈ ਬਣਾਈ ਖਵਾਲਾਂ, ਬਣਾਉਣੀ ਜਾਂ ਤੁਸਾਂ ਖਾਣੀਆਂ ਜਾਓ, ਅਤੇ ਇਹ ਹੁਣ ਬਣਾਉਣੇ ਆ, ਅਤੇ ਨਾਲ ਮੈਂ ਆਖਿਆ ਚਲੋ ਇਹਨਾਂ ਨੇ ਕਿਸੇ ਨਾਲ ਥੋੜ੍ਹਾ ਜਿਹਾ ਵਾਹ ਲਾਉਣੇ ਤੀਕਰ ਬਣਾਈ ਕਿੰਨੇ ਆ, ਅੱਜ ਕਿਤਨੇ ਦਿਹਾੜੇ ਹੋਈ ਗਏ ਨੇ, ਤੁਸੀਂ ਪਤਾ ਮੈਂ ਆਉਣੀ ਆਉਣੀਆਂ ਮਹੀਨੇ ਨਾਲ ਸੌਦਾ, ਅਤੇ ਮਹੀਨੇ ਤੋਂ ਬਾਅਦ ਮੈਂ ਆਉਣੀ ਆ, ਅਤੇ ਡੱਬਿਆਂ 'ਚ ਯਕੀਨ ਕਰੋ ਜਿਹੜਾ ਡੱਬਾ ਫਰੋਲਾ ਨਾ ਇਹ ਤੱਕੋ, ਇਹ ਮਾੜੇ ਸਾਰੇ ਡੱਬੇ ਇਹ ਤਰੇ ਚਾਰ ਡੱਬੇ ਨੇ, ਇਹ ਮੈਂ ਫੁੱਲ ਕਰੀ ਕੇ ਰੱਖੀ ਛੋੜਨੀ ਆ, ਜਲਦੀ ਜਲਦੀ ਇੱਕ ਡੱਬੇ 'ਚੋਂ ਖਤਮ ਹੋਈ ਜਾਏ ਚੀਨੀ ਸ਼ੱਕਰ, ਦੂਏ 'ਚ ਬਾਈ ਕਿਨੋ ਦੂਆ ਚਾਈ ਕਿਨੋ, ਘੜੀ ਘੜੀ ਫਿਰ ਬਣਾਉਣੀ ਨਹੀਂ ਪੈਣੀ, ਘੜੀ ਘੜੀ ਲੋੜ ਨਹੀਂ। ਅਤੇ ਮੈਂ ਸ਼ੁਰੂ ਤੋਂ ਜਿਹੜਾ ਨਾ ਮੈਂ ਸ਼ੱਕਰ ਅਤੇ ਚੀਨੀ ਨਹੀਂ ਚਾਹ ਪੀਣੀ ਆ, ਮੈਂ ਖਾਲੀ ਚੀਨੀ ਨਹੀਂ ਕੋਈ ਨਹੀਂ ਪੀਣੀ ਆ, ਮਿਕੀ ਉਹ ਚੰਗੀ ਕੋਈ ਨਹੀਂ ਲੱਗਣੀ। ਅਤੇ ਹੁਣ ਸ਼ੱਕਰ ਜਿਹੜੀ ਹੈ ਨਾ ਪੇਲੀਆਂ ਦੇ ਕੋਈ ਨਹੀਂ ਸਾਫ਼ ਪੀਣਾ, ਅਤੇ ਸ਼ੱਕਰ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਅਲੱਗਾ ਕੱਢੀ ਕੇ ਰੱਖੀ ਛੋੜਨੀ ਆ, ਜਿੱਕੀਆਂ ਕਿਸੇ ਵੇਲੇ ਖਾਸ ਸ਼ੱਕਰ ਨਹੀਂ ਜ਼ਰੂਰਤ ਪਈ ਜਾਣੀ, ਜਿੱਕੀਆਂ ਕਿਸੇ ਵੇਲੇ ਆਖਣੇ ਨੇ ਚੂਰੀ ਬਣਾਓ, ਕਿਸੇ ਵੇਲੇ ਜੋਲੇ ਬਣਾਓ ਸ਼ੱਕਰੂ ਵਾਲੇ, ਅਤੇ ਫਿਰ ਅਲੱਗਾ ਹੀ ਇੱਕ ਡੱਬੇ 'ਚ ਪਾਈ ਕੇ ਰੱਖੀ ਛੋੜਨੀ ਆ। ਇਹ ਹੋਏਗੀ ਸ਼ੱਕਰ ਅਲੱਗਾ, ਇਹ ਤੁਸਾਂ ਕੀ ਪਤਾ ਨਾ ਮਾੜੀ ਦਿੱਤੀ ਹੋ, ਅੱਜ ਕੱਲ੍ਹ ਪੇਲੀਆਂ ਜਿਹੜੀਆਂ ਨੇ ਕਸਮੇ ਦਵਾਈਆਂ ਵੀ ਬਾਣੇ ਰਵੋ ਕਹਿ ਕਰਨੇ ਰਵੋ, ਸਾਡੇ ਘਰ ਤਾਂ ਪਤਾ ਨਹੀਂ ਕਹਿ ਪੇਲੀਆਂ ਸਕੀਆਂ ਸਾੜੀਆਂ, ਅਤੇ ਕਿਸੇ ਨਾਲ ਡਿੱਡਾਂ ਸਫਾਈਆਂ ਕਰੀ ਕਰੀ ਕੇ ਫਿਰ ਵੀ ਪਤਾ ਨਹੀਂ ਕੁਦਰੋਂ ਨੰਗਾਰ ਕੁੱਠੀਆਂ ਆਈ ਜਾਣੀਆਂ ਨੇ, ਕਸਮੇ ਅਸਾਂ ਤਾਂ ਡੱਡਾਂ ਤੋਂ ਵੀ ਤੰਗ ਪੀਂਦੇ ਹਾਂ, ਪੇਲੀਆਂ ਨਾਲ ਫਿਰ ਇਹ ਹੈ ਖੋਪਰਾ ਛੋਪਰਾ ਮਾਰੋ ਚਲੋ ਕੋਈ ਦਿਹਾੜੇ ਨੱਸੀ ਜਾਣੀਆਂ ਨੇ, ਅਤੇ ਡੱਡਾਂ ਤੋਬਾ ਖੋਪਰੇ ਮਾਰੋ ਕਹਿ ਮਾਰੋ ਬਸ ਠੀਕ ਹੈ। ਕਿਸੇ ਮਾੜੀ ਭੈਣ ਕੋਮੈਂਟ ਕੀਤਾ ਸਰ ਨਸਵਾਰ ਪਾਓ, ਇਸੇ ਤਰ੍ਹਾਂ ਦੀ ਬੱਚੀ ਜਿਹੜੀ ਹੈ ਨਾ ਨਸਵਾਰ ਨਹੀਂ ਬਾਣ ਦੇਣੀ, ਆਣੀ ਪੂਰੇ ਪੂਰੇ ਅੰਦਰ ਬੋਝ ਸੀ ਉਹ ਨਸਵਾਰ ਨਹੀਂ ਕਹਿ ਬੋ ਆਉਣੀ ਹੈ, ਬੰਦੇ ਜਿਹੜੇ ਨਸਵਾਰ ਬਾਣੇ ਨੇ ਤਾਂ ਕਹਿੰਦਾ ਕੋਲ ਬੈਠੇ ਹੋਏ ਹੋਣੇ ਨੇ ਐਡੇ ਸੋਹਣੇ ਪਤਾ ਹੀ ਨਹੀਂ ਚੱਲਣ ਵਾਲੇ, ਐ ਨਹੀਂ ਬੱਚੀ ਨਾ ਵੈਦਾ
ਐ ਮਾੜੀਓ ਪੀਓ ਐ ਤੱਕੋ ਚੀਨੀ ਚੀਨੀ ਮੈਂ ਪਲੇਟੀ ਪਲਾਟੀ ਕੇ ਰੱਖਣੀ ਆ ਤੱਕੀ ਸਕਦੇ ਹੋ ਇਹ ਹੁਣ ਕੋਈ ਆਖਸੀ ਜੋ ਹੁਣ ਮਹੀਨੇ ਡੇਢ ਆਨੀ ਚੀਨੀ ਹੈ ਐ ਤੱਕੋ ਆਖੀ ਨਾ ਜਿਵੇਂ ਹੋਰ ਖਰੀਦੀ ਕੇ ਆਉਂਦੀ ਹੈ ਤਾਜ਼ੀ ਤਾਜ਼ੀ ਸਟੋਰਾਂ ਵਿੱਚੋਂ ਇਹ ਫਿਰ ਬੰਦੇ ਕੀ ਥੋੜ੍ਹੀ ਜਿਹੀ ਆਸਾਨੀ ਹੋਈ ਜਾਣੀ ਨਾ ਹਰ ਚੀਜ਼ ਮਿਕਸ ਹੋਈ ਵੀ ਹੋਣੀ ਰਲੀ ਮਿਲੀ ਵੀ ਹੋਣੀ ਫਿਰ ਡੱਬੇ ਤਿਆਰ ਹੋਏ ਵੀ ਹੋਣੇ ਨੇ ਬੰਦਾ ਚੱਲ ਵਾਹਣਾ ਰਹਿਣਾ ਘੜੀ ਘੜੀ ਕਿਆ ਉੱਠੋ ਤਾਂ ਵਾਹੋ ਤਾਂ ਕਰੋ ਤਾਂ ਫਿਰ ਚੰਗਾ ਹੀ ਨਹੀਂ ਲੱਗਣਾ ਕੋਈ ਚਲੋ ਮੈਂ ਖੱਟਾ ਪਰ ਕਦੇ ਕਦੇ ਬਿਮਾਰ ਹੋਈ ਜਾਣੀ ਆ ਖੱਟਾ ਪਰ ਬੈਠੀ ਵੀ ਹੋਣੀ ਆ ਮਾੜੇ ਫੈਨ ਅੱਛਣੇ ਨੇ ਉਹ ਵੀ ਕਦੇ ਅੱਛਣੇ ਨੇ ਉਹਨਾਂ ਕੀ ਵੀ ਆਖਣੀ ਹੋਣੀ ਆ ਅੱਛਾ ਮਾੜੀਆ ਧੀਏ ਤੂੰ ਸਮੇਂ ਪੀਓ ਚਾਹ ਤਮੀ ਕੀ ਵੀ ਪਿਲਾਓ ਤਾਂ ਬਣਾਓ ਚਲੋ ਸਾਹਮਣੇ ਚੀਜ਼ ਹਰ ਚੀਜ਼ ਪਈ ਵੀ ਹੋਵੇ ਨਾ ਤਾਂ ਫਿਰ ਬਹਿ ਲਈ ਜਾਣੀ ਨਾ ਅੱਜ ਤੱਕ ਨੇ ਹੁਣ ਸ਼ੱਕਰ ਥੋੜ੍ਹੀ ਸੀ ਅਤੇ ਚੀਨੀ ਜਿਹੜੀ ਹੈ ਨਾ ਅੱਧੀ ਰੱਖੀ ਛੋੜੀ ਹੈ ਅਤੇ ਫਿਰ ਤੁਸਾਂ ਵੀ ਪੀਣੇ ਤਾਂ ਸਾਰੇ ਭੈਣਾਂ ਭਰਾ ਨੂੰ ਕੋਈ ਖਾਲੀ ਚੱਕਰੂ ਨਹੀਂ ਪੀਣੇ ਨੇ ਅਤੇ ਕੋਈ ਪੀਣੇ ਨੇ ਮੈਂ ਸੱਚੀ ਪੁੱਛੋ ਜਿਸਲੇ ਮੈਂ ਆਪਣੀ ਅੰਮੀ ਨਾਲ ਘਰੂ ਆਈ ਸਨ ਤਾਂ ਅਸਾਂ ਗੁੜੇ ਨਹੀਂ ਚਾਹ ਪੀਣੇ ਹੋਣੇ ਅਸਾਂ ਸਹੀ ਬਾਂ ਇੱਥੇ ਮੈਂ ਆਈ ਤਾਂ ਮਿੱਕੀ ਸੱਚੀ ਪੁੱਛੋ ਚੀਨੀ ਇੰਨਾ ਕੱਚੀ ਕੱਚੀ ਚਾਹ ਬਣਾਉਣ ਤਾਂ ਆਹਾਂ ਆਏ ਅਸਾਂ ਦੁੱਧ ਪੱਤੀ ਪਾਈ ਦੁੱਧ ਪੱਤੀ ਪਾਈ ਅਸਾਂ ਹਿਲੇ ਅਸਾਂ ਗੁੜੇ ਨਹੀਂ ਅਸਾਂ ਜ਼ਰਾ ਕੁ ਗੁੜ ਬਣਨੇ ਥੋੜ੍ਹਾ ਜਿਹਾ ਦੁੱਧ ਬਣਨੇ ਸਾਂ ਤਾਂ ਗੁੜ ਚਾਹ ਬਣਾਉਣੇ ਸਾਂ ਤਾਂ ਇਤਨੀ ਸਵਾਦੀ ਹੋਣੀ ਸੀ ਆਇਆ ਮਜ਼ਾ ਦੇਣਾ ਸਾ ਇਤਨਾ ਕੁ ਸਾ ਇੱਥੇ ਦੁੱਧ ਪੱਤੀ ਵੀ ਪੀਵਾਂ ਤਾਂ ਚੀਨੀ ਵਿੱਚ ਬਣ ਅਤੇ ਕੱਚੀ ਕਚਾਰ ਲਗੇ ਪਰ ਆਸਤਾ ਆਸਤਾ ਹਿਲੀ ਗਈਆਂ ਉਹ ਕਿਸੇ ਵਾਲਾ ਸਾਹ ਜੋ ਕਿਸੇ ਨੀਤੀ ਸੀ ਤਾਂ ਗਈ ਉਹ ਕਿਸੇ ਨਾਲ ਜਿਨ੍ਹਾਂ ਨੇ ਘਰ ਭਿੱਡਾਂ ਸ਼ਿੱਡਾਂ ਸਾਨੂੰ ਨਾ ਰੱਖੀਆਂ ਵਾ ਸਨ ਤਾਂ ਉਹ ਸ਼ੁੱਧੀ ਗਈ ਉੱਥੇ ਤਾਂ ਆਖਿਆ ਮਿੱਕੀ ਤਾਂ ਭਿੱਡਾਂ ਨਹੀਂ ਬਹੁਤ ਅੱਛਣੀਆਂ ਅੰਮੀ ਨੇ ਘਰ ਜਾਏ ਅੰਮੀ ਮਿੱਕੀ ਗਿੱਡ ਉਹਨਾਂ ਨੇ ਘਰੋਂ ਭਿੱਡਾਂ ਨਹੀਂ ਬਹੁਤ ਅੱਛਣੀਆਂ ਮੈਂ ਕਿਆ ਕਰਾਂ ਉਹ ਕੋਈ ਅਰਸਾ ਗੁਜ਼ਰਿਆ ਫਿਰ ਰਹੀ 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 ਉਸਨੇ ਵੀ ਨੱਕਾਂ ਵਿੱਚ ਉਹ ਰੱਟੀ ਗਈ ਬਹੁਤ ਖਤਮ ਹੋਈ ਗਈ ਜਦੋਂ ਬਾਹਰ ਜਾਏ ਨਾ ਤੱਕੇ ਨਾ ਮੈਂ ਆਈ ਸਾਂ ਤਾਂ ਕਿਸਨੇ ਇੰਨਾ ਨੂੰ ਘਰ ਵੱਡਾ ਨਹੀਂ ਭੋ ਖਾਲਾ ਨਹੀਂ ਗਈ ਸੀ ਤਾਂ ਹੁਣ ਆਈਆਂ ਤਾਂ ਵੱਡਾ ਨਹੀਂ ਉਹ ਸ਼ਦੀ ਕਹਿ ਆਪੂ ਜੀ ਵਿੱਚ ਭੱਡਾਂ 'ਚ ਵੇੜੀ ਅਤੇ ਉਹ ਬਹੁਤ ਉਸਕੀ ਵਿੱਚ ਰੱਚੀ ਮੁੱਚੀ ਗਈ ਫਿਰ ਉਸਕੀ ਕਿਥੋਂ ਅੱਛਾ ਬਹੁਤ ਅਤੇ ਉਹ ਮਾੜੇ ਵਾਲਾ ਸਾਹ ਵੀ ਹੈ ਜਦ ਮਿੱਕੀ ਵੀ ਗੁੜੇ ਨਹੀਂ ਚਾਹ ਪੀਣੀ ਸਾਂ ਤਾਂ ਫਿਰ ਇੱਥੇ ਅੱਛੀ ਕਿ ਚੀਨੀ ਨਹੀਂ ਪੀਣੀ ਪਈਗੀ ਤਾਂ ਚੰਗੀ ਕੋ ਨਾ ਲਗਿਆ ਆਏ ਦੁੱਧ ਪੱਤੀ ਪੀਣੇ ਦੁੱਧ ਪੱਤੀ ਪੀਣੇ ਸਵਾਦ ਤਿਆ ਕੋ ਨਹੀਂ ਤਾਂ ਹੁਣ ਫਿਰ ਉਸ ਤੋਂ ਬਾਅਦ ਫਿਰ ਇਹ ਜਿਹੜਾ ਨਾ ਮੈਂ ਨਾ ਜਣਾ ਨਾਰਾਜ਼ ਹੋਵੇ ਅਤੇ ਨਾ ਸਾਹਵਰੇ ਨਾਰਾਜ਼ ਹੋਵੇ ਅਤੇ ਆਪੂ ਵੀ ਪੀਵਾਂ ਅਤੇ ਉਹਨਾਂ ਕੀ ਵੀ ਪਿਲਾਂ ਅਤੇ ਇਹ ਤੱਕੀ ਸਕਦੇ ਹਾਂ ਸ਼ੱਕਰ ਅਤੇ ਚੀਨੀ ਮਿਲਾਈ ਅਤੇ ਇਹ ਹੁਣ ਜਿਹੜੀ ਹੈ ਬੱਚੀ ਵੀ ਹੈ ਅਤੇ ਹੋਰ ਸ਼ੱਕਰ ਆਸਾਂ ਉਸੇ 'ਚ ਬਾਸਾਂ ਅਤੇ ਇਹ ਹੁਣ ਡੱਬੇ ਜਿਹੜੇ ਤਿਆਰ ਕਰੀ ਕੇ ਰੱਖੇ ਵੇ ਇਹ ਹੁਣ ਭਰੀ ਕੇ ਰੱਖਣਿਆ ਸਿਧਰਾ ਤੂੰ ਮਿੱਕੀ ਗੱਲਾਂ ਲਵਾਈ ਤਾਂ ਮਾੜੇ ਆਲੂ ਹੀ ਨਾ ਸਾਰੇ ਹੋਈ ਜਾਣ ਇੰਨਾ ਕਿ ਪਹਿਲੇ ਮੈਂ ਆਲੂਆਂ ਕੀ ਕੱਢੀ ਕਿਹਾ ਬੰਦ ਕਰੀ ਹੋਈ ਸੀ ਐਂ ਤੱਕੋ ਮਾੜੇ ਨਾਸ਼ਤਾ ਤਿਆਰ ਹੋਣਾ ਪਿਆ ਵਾ ਬਣਾਉਣ ਲੱਗਿਆ ਕੱਚੇ ਆਲੂਆਂ ਨੇ ਕਬਾਬ ਕੱਚੇ ਆਲੂਆਂ ਨੇ ਕਬਾਬ ਟੈਟ ਜੇ ਬਣਾਸਾਂ ਤੇ ਫਿਰ ਤੂੰ ਖਾਇਆ ਤੇ ਫਿਰ ਤੂੰ ਚਿਕਨ ਚਿਕਨ ਨਾ ਬਣੇ ਵਿੱਚ ਚਿਕਨ ਨਾ ਨਾ ਚਿਕਨ ਨਾ ਬਣੇ ਚਿਕਨ ਤੋਬਾ ਚਿਕਨ ਕੋਲ ਰਜੜੇ ਕੋ ਨਹੀਂ ਵੱਲ ਨਹੀਂ ਕਸਮੇ ਚਿਕਨ ਖੰਨ ਨਾ ਕਿਣੀ ਕਿਣੀ ਆ ਖਾਣਾ ਤਾਂ ਬੋਟੀਆਂ ਜੇ ਪਈਆਂ ਵਾਲ ਗਰਮ ਕਰੀ ਦੇਣੀ ਚਿਕਨ ਹੁਣ ਕਿਆ ਕਰਾਇਆ ਹੁਣ ਗੱਲ ਜੇ ਪਈ ਗਿਆ ਹੁਣ ਚਿਕਨ ਨਾ ਖਾਣਾ ਤਾਂ ਕਰੀ ਦੇ ਸਾਂ ਮੈਂ ਬੋਟੀਆਂ ਨਹੀਂ ਦੱਸ ਦਵਾਂ ਹੈ ਨਾ ਕਰੀ ਦੇ ਸੁਣ ਪਈਆਂ ਵਾਲ ਮੈਂ ਆ ਕਬ
ਬਾਅਦ ਚਿਕਨ ਵਾਲੇ ਬਣਾਉਣੇ ਨਾ ਨਾ ਤੋਬਾ ਕਸਮੇ ਅਸਾਂ ਕੇ ਤਾਂ ਨਾ ਹੀ ਨਾ ਕੀਤਾ ਕਰੋ ਹਾਂਜੀ ਐ ਤੱਕੋ ਮਾੜੀਓ ਤੀਓ ਐ ਮੋਟੇ ਮੋਟੇ ਕੱਦੂਕਸ਼ ਕਰੀ ਕਿਣੇ ਜੇ ਐਸ ਕੱਦੂਕਸ਼ ਨਾਲ ਹਾਂਜੀ ਮਾੜੀਓ ਭੈਣੋ ਤੇ ਮਾੜੀਓ ਭਣੇਈਓ ਐ ਤੱਕੀ ਸਕਦੇ ਹੋ ਐ ਕੌਣ ਫਰਸ ਹੈ ਤੇ ਐ ਮੈਂ ਬਾਣ ਲੱਗੀਆਂ ਕਾਲੀਆਂ ਮਿਰਚਾਂ ਤੇ ਐ ਵਿੱਚ ਇਸਨੇ ਨਮਕ ਬਾਣ ਲੱਗੀਆਂ ਜ਼ਰਾ ਐ ਤੱਕੀ ਸਕਦੇ ਹੋ ਐ ਮਿਕਸ ਕਰੀ ਅਤੇ ਐ ਮੈਂ ਰੱਖੀ ਛੋੜਿਆ ਹਰ ਚੀਜ਼ ਜਿੱਤੀਆਂ ਨਮਕ ਪਹਿਲੇ ਇਸ 'ਚ ਕੋ ਨਹੀਂ ਪਾਇਆ ਜੇ ਇਹ ਫਿਰ ਜਿਹੜੇ ਨੇ ਨਾ ਇਹ ਚਿਪਕੀ ਨਾ ਜਾਣ ਵਿੱਚ ਫਟਾਫਟ ਜਿਹੜਾ ਨਾ ਫਿਰ ਪਾਣੀ ਛੋੜੀ ਜਾਣਾ ਨਾ ਅਤੇ ਕੌਣ ਫਰਸ 'ਚ ਕਾਲੀਆਂ ਮਿਰਚਾਂ ਅਤੇ ਨਮਕ ਫਿਰ ਘੱਟਿਆ ਰਲਾਈ ਕੇ ਰੱਖੀ ਛੋੜਿਆ ਨਾ ਅਤੇ ਉਹ ਫਿਰ ਚਿਪਕਣਾ ਨਹੀਂ ਹੈ ਐ ਅੰਡਾ ਕੁਦਰ ਗਿਆ ਐ ਅੰਡਾ ਬਾਣਿਆਂ ਵਿੱਚ ਜਿੱਕੀਆਂ ਅੰਡਾ ਜਿਹੜਾ ਤੁਸਾਂ ਪਤਾ ਹਰ ਚੀਜ਼ ਕੀ ਜੋੜਨਾ ਅੰਡੇ ਤੋਂ ਬਗੈਰ ਤਾਂ ਤੁਸਾਂ ਕੀ ਦੋ ਚੀਜ਼ਾਂ ਜਿਹੜੀ ਚੀਜ਼ ਵੀ ਅਸਾਂ ਕੋਈ ਚੀਜ਼ ਬਣਾਉਣੇ ਆ ਕਦੇ ਜਿਹੜਾ ਵੀ ਕੋਈ ਟਿੱਕੀਆਂ ਬਣਾਉਣੇ ਆ ਕੋਈ ਕਬਾਬ ਬਣਾਉਣੇ ਆ ਕੋਈ ਚੀਜ਼ ਹੀ ਬਣਾਉਣੇ ਆ ਅੰਡਾ ਅਤੇ ਵੇਸਣ ਤਾਂ ਲਾਜ਼ਮੀ ਹੈ ਪਰ ਅੱਜ ਇਸ 'ਚ ਵੇਸਣ ਕੋ ਨਹੀਂ ਹੈ ਖਾਲੀ ਹੈ ਇਹ ਕੌਨਫਰੈਂਸ ਅਤੇ ਕਾਲੀਆਂ ਮਿਰਚਾਂ ਅਤੇ ਨਮਕ ਅਤੇ ਖਾਲੀ ਇਹ ਅੰਡਾ ਇਹ ਚੀਜ਼ਾਂ ਮੈਂ ਮਿਕਸ ਕਰੀ ਅਤੇ ਫਿਰ ਮੈਂ ਚੀਜ਼ ਬਣਾਸਾਂ ਸਿਧਰਾ ਕੀ ਕਰਾਰੀਆਂ ਕਰਾਰੀਆਂ ਬਣਾਈ ਕੇ ਦੇਸਾਂ ਫਸਟ ਕਲਾਸ ਇਸ ਕੀ ਹੈ ਗੁੰਨਣਾ ਛੁੰਨਣਾ ਨਹੀਂ ਹੈ ਮੰਨਣਾ ਨਹੀਂ ਹੈ ਜੇ ਮੈਂ ਤੁਹਾਨੂੰ ਮੰਦੀ ਮੰਦੀ ਤਾਂ ਉਸ ਨਾਲ ਪਾਣੀ ਕੱਢੀ ਅੱਛੋ ਇਹ ਫਕਤ ਜਿਹੜਾ ਨਾ ਇਹ ਥੋੜ੍ਹਾ ਜਿਹਾ ਆਈਆਂ ਮੋਟਾ ਮੋਟਾ ਕਰੀ ਨਾ ਅਤੇ ਆਪਣੀ ਹਰ ਕਿਸੇ ਨੂੰ ਥਈ ਮਰਜ਼ੀ ਹੈ ਮਾੜੀ ਧੀਓ ਜਾਂ ਕਿਆ ਚੀਜ਼ ਬਣਾ ਤੁਸੀਂ ਪਤਾ ਇਹ ਤਾਂ ਫਿਰ ਕਾਲੀਆਂ ਮਿਰਚਾਂ ਨਾਲ ਤਾਂ ਇੰਨਾ ਨਾ ਗੁਜ਼ਾਰਾ ਹੋਣਾ ਕੋ ਨਹੀਂ ਹੈ ਇਹ ਆਉਣੇ ਨੇ ਸਵਾਦਾਂ ਦੀ ਚੀਜ਼ ਆ ਤੱਕ ਨਾ ਹੁਣ ਉਹ ਵੀ ਆਈ ਗਿਆ ਨਾਲ ਬਣਾਉਣੇ ਅਤੇ ਨਕਲ ਕਰਨੇ ਤੇ ਕਾਪੀ ਬਣਾਉਣੇ ਪਏ ਆ ਨਾ ਖਾਣੇ ਮਾਰੇ ਤੇ ਕਿਸੇ ਨਾ ਫਿਰ ਤੁਸੀਂ ਪਤਾ ਇਹ ਤਾਂ ਚੀਜ਼ਾਂ ਜਿਹੜੀਆਂ ਨੇ ਨਕਾਲੀਆਂ ਮਿਰਚਾਂ ਉੱਪਰ ਤਾਂ ਇੰਨਾ ਨਾ ਗੁਜ਼ਾਰਾ ਹੋਣਾ ਕੋ ਨਹੀਂ ਹੈ ਇਹ ਤਾਂ ਖਾਣੇ ਨੇ ਚੱਟ ਪੱਟੀਆਂ ਅਤੇ ਚਲੋ ਆ ਥੋੜ੍ਹੀਆਂ ਜਿਹੀਆਂ ਮੋਟੀਆਂ ਸਾਰੀਆਂ ਦੱਲੜ ਮਿਰਚਾਂ ਵੀ ਬਾਈ ਛੋੜਨੇ ਆ ਉਹਨਾਂ ਨਾਲ ਵੀ ਸਵਾਦ ਆਪਣਾ ਹੋਣਾ ਨਾਲ ਜਿਹੜੀ ਹੈ ਬਣਿਆ ਕਸੂਰੀ ਮੇਥੀ ਥੋੜ੍ਹਾ ਵੇਸਣ ਬਈ ਰੋ ਮੈਂ ਚੀਜ਼ਾਂ ਮਾੜੀਆਂ ਜਿਹੜੀਆਂ ਨੇ ਐ ਬਸ ਇਸ ਕੀ ਰਗੜਨਾ ਨਹੀਂ ਹੈ ਇਹ ਯਾਦ ਰੱਖਿਆ ਜੇ ਅਤੇ ਸ਼ੇਪ ਜਿਹੜੀ ਤੁਸੀਂ ਜੀ ਅਜੇ ਬਣਾਸੋ ਭਾਵੇਂ ਚਾਹੇ ਜੀ ਅਜੇ ਗੋਲ ਬਣਾਓ ਚਾਹੇ ਨਿੱਕੀਆਂ ਪਿੱਤੀਆਂ ਪਿੱਤੀਆਂ ਇਹ ਬਣਾਓ ਜੀ ਅਜੇ ਜਿਸ ਤਰੀਕੇ ਨਾਲ ਉਹ ਤੁਸੀਂ ਕੀ ਆਪਣੀ ਤੁਸਾਂ ਮਰਜ਼ੀ ਹੋ ਸੀ ਹੁਣ ਬਣਾਉਣੇ ਚੱਲ ਸਿਧਰਾ ਹੁਣ ਰੱਖ ਤੇਲ ਅਤੇ ਕੜਾਹੀ ਖੜਿਆ ਸੱਸ ਤੇਲ ਮੜੇ ਦਾ ਰੱਖ ਬਾਅਦ ਖੁਸ਼ਬੋ ਨਾ ਅੱਛਾ ਚੱਕਰ ਸਹੀ ਹੈ ਤੇਲ ਅਜਾ ਪਕਾਉਂਦੇ ਥੋੜ੍ਹਾ ਜਿਹਾ ਗੈਸ ਨਹੀਂ ਖਤਮ ਬੰਦ ਹੀ ਹੈ
ਤੱਕੋ ਮਾੜੀ ਧੀਓ, ਸਿਦਰਾ ਕੀ ਚਟਪਟੀ ਚੀਜ਼ ਬਣਾਈ ਦਿੱਤੀ ਤੁਸਾਂ ਨੇ ਵੀ ਬੱਚੇ ਜਿਹੜੀ ਚੀਜ਼ ਲੋੜਨ ਨਾ ਮਿੰਟਾਂ ਦੇ ਵਿੱਚ ਸਭ ਚੀਜ਼ ਮਾੜੀਏ ਧੀਓ ਤਿਆਰ ਹੋਈ ਜਾਣੀ ਹੈ। ਆਲੂਆਂ ਨਾਲ ਕਿਹੜੀ ਚੀਜ਼ ਨਹੀਂ ਬਣੀ, ਹਰ ਚੀਜ਼ ਜਿਸ ਤਰ੍ਹਾਂ ਨੇ ਬੱਚੇ ਖਾਣ ਉਸੇ ਤਰ੍ਹਾਂ ਨਾਲ ਫਟੋਫਟ ਬਣਾਈ ਦਿੱਤਾ। ਰਵਾਣੇ ਨਹੀਂ ਕਹਿ ਲੋੜੇ, ਬਾਹਰ ਜਾਣੇ ਨਹੀਂ ਕਹਿ ਲੋੜੇ। ਐਤਕੋ ਹੁਣ ਬਾਰਿਸ਼ ਹੈ ਤਾਂ ਬਾਰਿਸ਼ ਹੁਣ ਬੱਚੇ ਕੋਈ ਚੀਜ਼ ਆਖਣ ਤਾਂ ਹਰ ਚੀਜ਼ ਘਰ ਵਿੱਚ ਮੌਜੂਦ ਹੋਣੀ, ਜਿਹੜੀ ਚੀਜ਼ ਚੂਜ਼ਾ ਘਰ ਪਿਆ ਵਾ ਆਉਣਾ, ਫਰਿੱਜਾਂ ਵਿੱਚ ਪਿਆ ਵਾਣਾ, ਚਲੋ ਕੁਛ ਕੁਛ ਨਾ ਕੁਛ ਕੁੰਨਿਆ ਕੁੰਨਾ ਮਾੜੀਆਂ ਭੈਣਾਂ ਕੀ ਨਹੀਂ ਯਾਦ ਰਹਿਣੀ, ਕੋਈ ਨਾ ਕੋਈ ਨਹੀਂ ਮੰਗਵਾਉਣੇ ਤਾਂ ਚਲੋ ਹਰ ਬੰਦੇ ਨੇ ਘਰ ਵਿੱਚ ਥੋੜ੍ਹਾ ਮੁੱਚ ਪਿਆ ਵਾ ਆਉਣਾ। ਫਟੋਫਟ ਬੱਚਿਆਂ ਕੀ ਹਰ ਚੀਜ਼ ਘਰ, ਬੰਦਾ ਕੀਮਾ ਵੀ ਘਰ ਬਣਾਈ ਸਕਣਾ। ਮਸ਼ੀਨਾਂ ਤੁਸਾਂ ਕੀ ਪਤਾ ਪਹਿਲੇ ਜ਼ਮਾਨੇ ਆ ਕਿਣੀ ਕੇ ਟੁਕਰੀਆਂ ਵਾਲੇ ਜਿਹੜੇ ਫੇਰੀ ਵਾਲੇ ਅੱਛਣੇ ਉਹਨਾਂ ਕੋਲ, ਉਹ ਤਾਂ ਕਹੋ ਨਾ ਸੂਈਆਂ ਦੀਆਂ ਡੱਬੀ ਵਾਲੀਆਂ ਆਈਆਂ ਆਈਆਂ ਕਰੋ ਵਿੱਚ ਬੋਟੀਆਂ ਨਿੱਕੀਆਂ ਨਿੱਕੀਆਂ ਅਤੇ ਫਸਟ ਕਲਾਸ ਕੀਮਾ ਬਣੀ ਜਾਣਾ, ਵਿੱਚ ਸੱਟੋ ਹਰ ਚੀਜ਼ ਤਾਂ। ਬੱਚਿਆਂ ਕੀ ਕਬਾਬ ਬਣਾਈ ਦਿਓ, ਬਣਾਉਣੇ ਨਾ ਤਾਂ ਬੱਚੇ ਭੁਲਾਉਣੇ ਨਾ ਕਹਿ ਆਉਣਾ ਮਾੜੀ, ਤਾਂ ਸੱਚੀ ਪੁੱਛੋ ਫਿਰ ਹੁਣ ਬੱਚੀ ਹੀ ਹੈ ਨਾ, ਮੈਂ ਤਾਂ ਫਟੋ ਫਟ ਭੁਲਾਈ ਛੋੜਨੀ ਆ, ਜਿਹੜੀ ਚੀਜ਼ ਆਖਣੀ ਉਸ ਵੇਲੇ ਮਿੰਟਾਂ ਸਕਿੰਟਾਂ 'ਚ ਬਣਾਈ ਛੋੜਨੀ ਆ। ਇਹ ਹੁਣ ਆਖਣੀ ਸੀ ਸਵੇਰੇ ਮੈਂ ਨਾਸ਼ਤਾ ਅੱਜ ਖਾਸਾਂ ਆਲੂਆਂ ਨੇ ਪਰਾਂਠੇ ਵਾਲਾ, ਆਲੂ ਵਾਲੇ ਪਰਾਂਠੇ ਵਾਲਾ, ਫਿਰ ਮੈਂ ਆਖਿਆ ਚਲੋ ਉੱਥੇ ਥੋੜ੍ਹਾ ਜਿਹਾ ਟਾਈਮ ਲੱਗਸੀ, ਚਲੋ ਤੂੰ ਕੀ ਇਹ ਚੀਜ਼ ਬਣਾਈ ਦੇਣੀ ਆ ਚਟਪਟੀ ਫਟੋ ਫਟ ਮਿੰਟਾਂ ਸਕਿੰਟਾਂ 'ਚ ਤਿਆਰ ਹੋਈ ਜਾਂਦੀ, ਅਤੇ ਐਂ ਤੱਕ ਹੀ ਸਕਦੇ ਹੋ ਮਿੰਟਾਂ ਸਕਿੰਟਾਂ 'ਚ ਤਿਆਰ ਹੋਈ ਆ। ਅਤੇ ਇਸ ਤੋਂ ਬਾਅਦ ਫਿਰ ਸਾਹ ਬੋਰਾਂ ਵੀ ਚੀਜ਼ਾਂ ਆਣੀ ਕੇ ਰੱਖੀਆਂ ਵਾ, ਐਂ ਤੱਕ ਹੀ ਸਕਦੇ ਹੋ ਐਂ ਤੱਕੋ, ਐਂ ਖੋਪਾ ਵੀ ਆਣੀ ਕੇ ਰੱਖੀ ਪਿਆ ਨੇ, ਐਂ ਸੂਜੀ ਵੀ ਕਿਣੀ ਆਏ ਨੇ, ਹੁਣ ਉਸ ਨਿਸ਼ ਫਰਮਾਇਸ਼ ਪਰ ਵੀ ਚੀਜ਼ ਬਣ ਗਈ, ਉਹਨਾਂ ਕੀ ਵੀ ਬਣਾਈ ਦੇ ਸਾਂ, ਬਣਾਉਣੇ ਨਾ ਕੋਈ ਨਹੀਂ ਆਉਣਾ, ਅੱਲਾ ਨਾ ਸ਼ੁਕਰ ਅਲਹਮਦੁਲਿਲਾ। ਐ ਤਾਂ ਹੁਣ ਬਾਰਿਸ਼ ਲੱਗੀ ਵੀ ਹੈ ਗੈਸਾਂ ਪਰ, ਅੱਜ ਮੌਸਮ ਅੱਜ ਤਾਂ ਗਰਮੀ ਵੀ ਕਿਸਮ ਕੋ ਨਹੀਂ ਲੱਗਣੀ ਪਈ ਹੈ, ਅਤੇ ਬਿਜਲੀ ਵੀ ਤੁਸਾਂ ਪਤਾ ਅੱਜ ਫਿਰ ਵੀ ਭਾਵੇਂ ਬਾਰਿਸ਼ ਹੈ ਦੋ ਦਫ਼ਾ ਗਈ ਚੱਲੀ ਹੈ, ਅਤੇ ਅਸਾਂ ਕਿਤੇ ਕੋ ਨਹੀਂ ਮਸਲਾ, ਚਲੋ ਯੂ ਪੀ ਐੱਸ ਪਰ ਬੰਦਾ ਕੰਮ ਟਪਾਈ ਕਿੰਨਾ, ਅਤੇ ਜਿਨ੍ਹਾਂ ਨੇ ਨਹੀਂ ਹੈ ਮੌਸਮ, ਤਾਂ ਸ਼ੁਕਰ ਅੱਲਾਹ ਤਾਲਾ ਨੇ ਅੱਗੇ ਅੱਲਾ ਜਿਸ ਹਾਲ 'ਚ ਰੱਖਿਆ ਪਰ ਰਾਜ਼ੀ ਹੋਣਾ ਚਾਹੀਦਾ ਮਾੜੀਓ ਭੈਣੋ ਅਤੇ ਮਾੜੀਓ ਭੈਣੇ, ਅਲਹਮਦੁਲਿਲਾ ਕਰਨੀ ਚਾਹੀਦੀ ਹੈ। ਤਾਂ ਅੱਲਾ ਤਾਲਾ ਨੇ ਅੱਗੇ ਅੱਲਾ ਜਿਸ ਜਿਹੜੀ ਚੀਜ਼ 'ਚ ਨਵਾਜ਼ੇ, ਜਿਹੜੀ ਚੀਜ਼ 'ਚ ਦੇਵੇ, ਤਾਂ ਅੱਲਾ ਤਾਲਾ ਨਾਲ ਸ਼ੁਕਰ ਅਦਾ ਕਰਨਾ ਚਾਹੀਦਾ ਅਤੇ ਅਲਹਮਦੁਲਿਲਾ ਪੜ੍ਹਨਾ ਚਾਹੀਦਾ।